ਕਹਿੰਦੇ ਹਨ ਪਾਣੀ ਅਨਮੋਲ ਹੈ ਅਤੇ ਪਾਣੀ ਤੋਂ ਬਗੈਰ ਇਨਸਾਨ ਦਾ ਜਿਉਣਾ ਮੁਸ਼ਕਿਲ ਹੈ। ਪਰੰਤੂ ਸਰਹੱਦੀ ਪਿੰਡ ਡਲ ਦਾ ਇੱਕ ਪਰਿਵਾਰ ਅਜਿਹਾ ਵੀ ਹੈ ਜੋ ਪਾਣੀ ਤੋਂ ਪਿਆਸਾ ਮਰਨ ਲਈ ਮਜਬੂਰ ਹੈ। ਪਰਿਵਾਰ ਦੀ ਮੁਖੀ ਪਰਮਜੀਤ ਕੌਰ ਨੇ ਦੱਸਿਆ ਕਿ ਉਸਦੇ ਪਤੀ ਬਿੱਟੂ ਦੀ 7 ਸਾਲ ਪਹਿਲਾਂ ਮੌਤ ਹੋ ਗਈ ਅਤੇ ਪਤੀ ਦੀ ਮੌਤ ਤੋਂ ਮਗਰੋਂ ਘਰ ਦੇ ਹਾਲਾਤ ਇੰਨੇ ਮਾੜੇ ਹੋ ਗਏ ਕਿ ਉਹ ਘਰ ਵਿੱਚ ਨਲਕਾ ਵੀ ਨਹੀਂ ਲਗਵਾ ਸਕੀ ਅਤੇ ਉਹ ਦੂਰ ਗੁਰਦੁਆਰਾ ਸਾਹਿਬ ਤੋਂ ਪਾਣੀ ਲਿਆ ਕੇ ਗੁਜ਼ਾਰਾ ਕਰਦੀ ਹੈ। ਪਰਮਜੀਤ ਕੌਰ ਅਨੁਸਾਰ ਉਸਦੀਆਂ ਧੀਆਂ ਜਵਾਨ ਹੋ ਚੁੱਕੀਆਂ ਹਨ ਅਤੇ ਨਹਾਉਣ ਵਾਸਤੇ ਉਹ ਕਿਸੇ ਦੇ ਘਰ ਨਹੀਂ ਜਾ ਸਕਦੀਆਂ। ਉਸ ਕੋਲ ਇੰਨੇ ਪੈਸੇ ਵੀ ਨਹੀਂ ਹਨ ਕਿ ਉਹ ਘਰ ਵਿੱਚ ਨਲਕਾ ਲਗਵਾ ਸਕੇ। ਭਾਵੁਕ ਹੁੰਦਿਆਂ ਪਰਮਜੀਤ ਕੌਰ ਨੇ ਦੱਸਿਆ ਕਿ ਲੋਕਾਂ ਦੇ ਘਰਾਂ ਦਾ ਗੋਹਾ ਕੂੜਾ ਕਰਕੇ ਉਹ ਆਪਣੇ ਬੱਚੇ ਪਾਲ ਰਹੀ ਹੈ। ਉਸਨੇ ਦਾਨੀ ਸੱਜਣਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਪਰਿਵਾਰ 'ਤੇ ਤਰਸ ਕਰਕੇ ਉਹਨਾਂ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ। ਜੇ ਕੋਈ ਦਾਨੀ ਸੱਜਣ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਪਰਿਵਾਰ ਦੇ ਬੈਂਕ ਅਕਾਊਂਟ ਨੰਬਰ 029-720-11387 ਜਿਸ ਦਾ IFC ਕੋਡ ORBCO 100-297 ਭਿੱਖੀਵਿੰਡ ਹੈ ਅਤੇ ਮਦਦ ਕਰ ਸਕਦਾ ਹੈ, ਜਾਂ ਮੋਬਾਈਲ ਨੰਬਰ 77-106-61-652 'ਤੇ ਸੰਪਰਕ ਕਰ ਸਕਦਾ ਹੈ। ਰਾਜਵਿੰਦਰ ਕੌਰ ਭਾਜੀ, ਕਿਹੜਾ ਪਿੰਡ ਹੈ ਤੁਹਾਡਾ? ਡਲ। ਕਿਹੜੇ ਜ਼ਿਲ੍ਹੇ 'ਚ ਪੈਂਦਾ? ਤਰਨਤਾਰਨ। ਕੀ ਮੁਸ਼ਕਲ ਆ? ਪਾਣੀ ਦੀ। ਕਿੰਨਾ ਚਿਰ ਹੋ ਗਿਆ? ਡੈਡੀ ਹਰੇ ਮੁੱਕੇ ਤੋਂ। ਹਾਂਜੀ, 7 ਸਾਲ ਹੋ ਚੱਲੇ। ਅਤੇ ਕੀ ਹੋਇਆ ਸੀ ਇਹਨਾਂ ਦੇ ਡੈਡੀ ਨੂੰ? ਉਹ ਠੀਕ ਨਹੀਂ ਸੀ ਰਹੇ। ਕੀ ਮੰਗ ਕਰਦੇ ਹੁੰਦੇ? ਅਸੀਂ ਪਾਣੀ ਦੀ। ਅਤੇ ਤੁਸੀਂ ਜਿਹੜਾ ਬਾਕੀ ਪਰਿਵਾਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ? ਇੱਧਰਾਂ ਵੀਰ ਜੀ ਘਰਾਂ ਦੇ ਕੰਮ ਧੰਦੇ ਕਰਕੇ। ਕਿੰਨੇ ਜਿਹੜੇ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਹੋਣਾ? ਸਾਡੀਆਂ 2 ਬੇਟੀਆਂ, 1 ਬੇਟਾ। ਤੇ ਕਮਾਈ ਦਾ ਸਾਧਨ ਜਿਹੜਾ? ਉਹ ਨਹੀਂ ਵੀਰ ਜੀ ਸਾਡਾ ਕੋਈ ਹੈਗਾ, ਬੱਚਾ ਸਾਡਾ ਛੋਟਾ ਜੀ। ਕੀ ਮੰਗ ਕੀ ਕਰਦੇ ਤੁਸੀਂ? ਅਸੀਂ ਵੀਰ ਜੀ ਇਹੋ ਕਹਿੰਦੇ ਵੀ ਸਾਨੂੰ ਪਾਣੀ ਦੂਰੋਂ ਲਿਆਉਣਾ ਪੈਂਦਾ ਹੈ ਅਤੇ ਬੇਟੀਆਂ ਸਾਡੀਆਂ ਜਵਾਨਾਂ ਵਾ ਅਤੇ ਸਾਡੇ ਤੋਂ ਫਿਰ ਵੀ ਸਾਨੂੰ ਪਾਣੀ ਹੋ ਜਾਵੇ ਸਾਡਾ ਘਰ ਦਾ ਅਤੇ ਸਾਡੀਆਂ ਬੇਟੀਆਂ ਨਾ ਬਾਹਰ ਜਾਣ। ਇਹ ਜੀ ਪਰਿਵਾਰ ਜਿਹੜਾ ਬਹੁਤ ਹੀ ਗਰੀਬ ਪਰਿਵਾਰ ਆ ਅਤੇ ਇਹਨਾਂ ਦੇ ਆਪਣਾ 3-4 ਬੇਟੀਆਂ ਵਾ ਅਤੇ ਪਾਣੀ ਦੀ ਘਰ ਇਹਨਾਂ ਦੀ ਮੁਸ਼ਕਲ ਆ ਅਤੇ ਇਹਨਾਂ ਦੀ ਮੁਸ਼ਕਲ ਹੈ। ਬਾਥਰੂਮ ਵੀ ਇਹਨਾਂ ਦੀ ਉੱਦਾਂ ਵੈਸੇ ਹੀ ਨੋਰਮਲ ਹੈ, ਕੋਈ ਹੈਗਾ ਨਹੀਂ, ਹਾਲਤ ਬਹੁਤ ਨਾਜ਼ੁਕ ਆ ਅਤੇ ਇਸ ਕਰਕੇ ਇਹਨਾਂ ਦੀ ਲੋੜਵੰਦ ਪਰਿਵਾਰ ਆ ਅਤੇ ਬੇਨਤੀ ਕਰਦੇ ਹਾਂ ਵੀ ਇਹਨਾਂ ਦੇ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਖਾਲਸਾ ਵੀਰ ਜੀ ਫਤਿਹ। ਪਿੰਡ ਡਲ ਜੀ, ਅਤੇ ਕੀ ਮੁਸ਼ਕਲ ਪਰਿਵਾਰ ਨੂੰ? ਮੁਸ਼ਕਲ ਹੈ ਜਨਾਬ ਜੀ, ਮੈਂ ਬਲਾਕ ਸਮਿਤੀ ਮੈਂਬਰ ਹਾਂ ਮੌਜੂਦਾ। ਇਹਨਾਂ ਨੂੰ ਬਹੁਤ ਮੁਸ਼ਕਲ ਹੈ, ਪਾਣੀ ਦੀ ਬੜੀ ਦਿੱਕਤ ਆ, ਬਹੁਤ ਪਰੇਸ਼ਾਨੀ ਆ। ਇਹ ਆਪਣਾ ਗੁਜ਼ਾਰਾ ਕਰਦੇ ਆ, ਗੋਹਾ ਕੂੜਾ ਕਰਕੇ ਗੁਜ਼ਾਰਾ ਕਰਦੇ ਆ। ਬਾਕੀ ਬਾਥਰੂਮ ਆ ਉਹਨਾਂ 'ਤੇ ਵੀ ਬਈ ਉਹਦੀ ਬੇ ਆ, ਮੱਥਾ ਤਾਂ ਸਸਤਾ ਉਹਨਾਂ ਦੀ ਜਣਾ, ਨਾ ਉੱਥੇ ਲੈਂਟਰ ਪਿਆ, ਨਾ ਉੱਥੇ ਬੂਹਾ ਬਾਰੀ ਲੱਗੀ ਆ ਉਹਨਾਂ ਤੋਂ। ਇਹ ਸਾਡੀ ਬੇਨਤੀ, ਉਹ ਬੇਨਤੀ ਆ ਵੀ ਇਹ ਗਰੀਬ ਆ ਪਰਿਵਾਰ ਆ, ਇਹਨਾਂ ਦੀ ਮਦਦ ਕੀਤੀ ਜਾਵੇ। ਮੈਂ PNRਨਾਲ ਨੂੰ ਇਹ ਬੇਨਤੀ ਕਰਦਾ ਵੀਰਾਂ ਨੂੰ ਵੀ ਜੋ ਵੀ ਦਾਨੀ ਵੀਰ ਨੇ ਇਹਨਾਂ ਦੀ ਮਦਦ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।